ਜਿਹੜੇ ਨੂੰ ਤੁਸੀਂ ਐਂ ਕਹਿੰਦੇ ਸੀਗੇ ਵੀ ਇਹ ਤੋਂ ਮਾਫ਼ੀ ਮੰਗਾ ਲਈ, ਪਤਾ ਨਹੀਂ ਇਹ ਛੋਟਾ ਹੋ ਜੂਗਾ, ਉਹ ਬੰਦਾ ਜੇ ਟੌਪ 'ਤੇ ਹੈ ਜਮ੍ਹਾਂ ਟੌਪ 'ਤੇ ਸਿਰੇ 'ਤੇ ਵੱਗ ਗਿਆ ਅਤੇ ਤੁਸੀਂ ਜਮੀ ਜੀਰੋ। ਜਿਹੜੇ ਬੰਦਿਆਂ ਨੇ ਮਾਫ਼ੀ ਮੰਗਾਈ ਤੀ ਨਾ ਉਹਨੂੰ ਡੇਗਣਾ ਚਾਹੁੰਦੇ ਸੀਗੇ ਬੰਦੇ, ਉਹ ਜੀਰੋ ਹੋ ਗਏ। ਮੇਰੀ ਗੱਲ ਲਿਖ ਕੇ ਲੈ ਲਓ ਮੈਥੋਂ, ਠੀਕ ਹੈ। ਲੋਪੋ ਵਾਲਿਆ ਮਾਫ਼ੀ ਮੰਗਵਾਉਣ ਲਈ ਤੇਥੋਂ ਪੈਲਸਾਂ ਸੀਗੀਆਂ ਦੱਲਿਆਂ ਨੇ ਬੁੱਕ ਕਰੀਆਂ, ਮਾਫ਼ੀ ਮੰਗੀ ਜਦੋਂ ਤੂੰ, ਵੀਡੀਓ ਬਣਾਉਣ ਵਾਲਿਆਂ ਨੇ ਨਾ ਕੋਈ ਸ਼ਰਮਾ ਕਰੀਆਂ, ਇੱਕ ਮਸਲਾ ਨਿਬੜਿਆ ਅਤੇ ਇੱਕ ਹੋਰ ਖੜ੍ਹਾ ਹੋ ਗਿਆ। ਸੱਚਾ ਸੀ ਬਾਈ ਤੂੰ, ਤਾਂ ਹੀ ਤੇਰੇ ਨਾਲ ਪੰਜਾਬ ਖੜ੍ਹਾ ਹੋ ਗਿਆ। ਇਨਵੈਸਟੀਗੇਸ਼ਨ ਕਰਾ ਕੇ ਘਰ ਜਦੋਂ ਤੂੰ ਆਇਆ, 100 ਬੰਦਾ ਤੇਰੇ ਨਾਲ ਆਇਆ ਅਤੇ ਸਾਰੇ ਪਿੰਡ ਨੇ ਸਰੋਪਾ ਪਾਇਆ ਅਤੇ ਸਾਰੇ ਕੀਤੇ। ਜਿਹੜੇ ਬੰਦਿਆਂ ਨੇ ਉਹਨੂੰ ਮਤਲਬ ਵੀ ਜਲੀਲ ਕਰਿਆ, ਉਹ ਤੋਂ ਮਾਫ਼ੀਆਂ ਮੰਗਾਈਆਂ ਨੇ। ਜੇ ਉਹ ਬੰਦਿਆਂ ਦੀ 50% ਚੜ੍ਹਾਈ ਤੀ ਨਾ, 10% ਚੜ੍ਹਾਈ ਮਸਾਂ ਰਹਿ ਗਈ। ਚੜ੍ਹਾਈ ਤਾਂ ਕਿਹੜੀ, ਬਸ ਉਹਦਾ ਜੀਰੋ ਨੇ ਯਾਰ। ਅਤੇ ਆਪਣੇ ਵਾਲੇ ਮਤਲਬ ਵੀ ਇਹ ਜਿਹੜੇ ਕੜੰਮ ਚੌਧਰੀ ਸਰਦਾਰ ਬਣਦੇ ਨੇ, ਇਹਨਾਂ ਨੇ ਬੰਦੇ ਤੋਂ ਪਹਿਲਾਂ ਲੱਗਦੇ ਸੀ, ਉਹਨਾਂ ਨੂੰ ਬਹਾਨਾ ਥਿਆ ਗਿਆ। ਮੇਨ ਗੱਲ ਯਾਰ ਬਹਾਨਾ ਥਿਆ ਗਿਆ ਉਹਨਾਂ ਨੂੰ, ਠੀਕ ਹੈ। ਬਹਾਨਾ ਥਿਆਇਆ ਹੋਇਆ ਬੰਦੇ, ਬੰਦਾ ਚਾਹੁੰਦਾ ਤਾਂ ਯਾਰ, ਮੇਨ ਗੱਲ ਬੰਦਾ ਚਾਹੁੰਦਾ ਤਾਂ ਭਲਾ ਦੀ ਆ, ਗਾਲ ਕੱਢੇ ਕੁਛ ਕਰੀ। ਗਾਲ ਤਾਂ ਹੁਣ ਆਪਾਂ ਆਮ ਕੱਢਦੇ ਹਾਂ ਯਾਰ, ਕੱਢਦਾ ਕਿਹੜਾ ਨਹੀਂ ਆ, ਭੈਣ ਕੁੜੀਆਂ ਕੱਢੀ ਜਾਂਦੀਆਂ ਰਹਿੰਦੀਆਂ ਨੇਗੀਆਂ, ਗਾਲ ਕੱਢਦਾ ਕਿਹੜਾ ਨਹੀਂ ਭੈਣ ਦੀ ਡਾਂਗ ਹੈ। ਲੈ ਹੁਣ ਮੈਂ ਕੱਢੀ ਜਾਂਦਾ ਗਾ, ਇਹ ਤਾਂ ਆਪ ਹੀ ਨਿਕਲੀ ਜਾਂਦੇ ਨਾਲ ਨਾਲ, ਮੈਂ ਜਾਣ ਕੇ ਨਹੀਂ ਕੱਢੀਆਂ। ਸਭ ਦੇ ਵਹਿਮ ਕੱਢਤੇ, ਅੱਜ ਟੌਪ 'ਤੇ ਹੈ, ਕਹਿੰਦਾ ਤੇਰਾ ਯਾਰ ਟੌਪ 'ਤੇ ਸੋਹਣੀ ਹੈ, ਬਸ ਟੌਪ 'ਤੇ ਪੱਗ ਗਿਆ। ਹੁਣ ਬੰਦਾ, ਹੁਣ ਤੁਸੀਂ ਬਾਈ ਘਰੇ ਬੈਠੇ ਆਰਾਮ ਕਰੋ, ਜਿਹੜੇ ਉਹਨੂੰ ਬੰਦਾ ਬਦਨਾਮ ਕਰਦੇ ਸੀਗੇ। ਚੱਲ ਬਾਈ ਗੱਲ ਕਰਦੇ ਹਾਂ ਕਿ ਸੁਖਜਿੰਦਰ ਸਿੰਘ ਲੋਪੋਵਾਲ ਦੀ, ਬੰਦਾ ਯਾਰ ਹੀ ਰਹਿ ਗਿਆ ਅਤੇ ਆਪਾਂ ਤਾਂ ਪਹਿਲਾਂ ਤੋਂ ਜਾਣਦੇ ਹਾਂ ਬੰਦੇ, ਤਾਂ ਆਪਾਂ ਫੋਲੋ ਕਰਦੇ ਹਾਂਗੇ, ਚਲੋ ਬੰਦੇ ਨੂੰ ਆਪਾਂ ਨੂੰ ਘੋੜੀਆਂ ਦਾ ਆਪਾਂ ਨੂੰ ਵੀ ਸ਼ੌਂਕ ਹੈਗਾ। ਅਤੇ ਬੰਦੇ ਨੇ ਯਾਰ, ਉਹਨੇ ਕਹਿੰਦਾ ਮੇਰੀ ਭਾਵਨਾ ਨੂੰ ਸਮਝੋ। ਬੰਦੇ ਨੇ ਯਾਰ, ਤੂੰ ਆਪ ਸਾਹਿਬ ਲਾ ਲਓ ਵੀ ਬੰਦਾ ਕਹਿਣਾ ਕੀ ਚਾਹੁੰਦਾ ਸੀਗਾ, ਉਹ ਚੀਜ਼ ਨਹੀਂ ਸਮਝਦੇ ਹੈਗੇ ਬੰਦੇ 'ਤੇ ਜਿਹੜੇ ਯਾਰ ਲੱਗਦੇ ਨੇ ਪਹਿਲਾਂ ਤੋਂ, ਉਹ ਬੰਦੇ 'ਤੇ ਲੱਗਦੇ ਨੇਗੇ, ਠੀਕ ਹੈ। ਬੰਦੇ ਦਾ ਕੰਮ ਟੌਪ 'ਤੇ ਚੱਲਦਾ ਸੀਗਾ ਅਤੇ ਬੰਦੇ ਦੀ ਮੇਨ ਗੱਲ ਚੜ੍ਹਾਈ ਤੀਗੀ, ਜਿਹੜੀ ਮਤਲਬ ਹਰੇਕ ਬੰਦਾ ਬੁਲਾਉਂਦਾ ਸੀਗਾ। ਅਤੇ ਅੱਜ ਕੱਲ੍ਹ ਕੜੰਮ ਸਰਦਾਰ ਬਣੇ ਫਿਰਦੇ ਨੇ, ਜਿਹੜੇ ਕੜੰਮ ਚੌਧਰੀ ਹੈਗੇ ਨੇ ਸਾਰੇ ਕਿਤੇ ਪਿੰਡਾਂ 'ਚ ਨੇ, ਹਰੇਕ ਇੰਡਸਟਰੀ ਦੇ ਵਿੱਚ ਹੁੰਦੀ ਨੇ ਇਹ, ਇਹਨਾਂ ਨੂੰ ਲੱਗਦਾ ਸੇਕ ਆ। ਬੰਦੇ ਨੇ ਉਹਨੇ ਯਾਰ ਸੱਚੀਆਂ ਗੱਲਾਂ ਖਰੀਆਂ ਕਰੀਆਂ, ਕਹਿੰਦਾ ਵੀ ਕਰੋੜ ਦਾ ਘੋੜਾ ਚਲੋ ਹੁੰਦੇ ਵੀ ਨੇ, ਜਿਵੇਂ ਲਾ ਲਓ 100 'ਚੋਂ 1-2 ਹੋਏ ਇੰਨੇ ਮਹਿੰਗੇ, ਉਹ ਵੀ ਜਦੋਂ ਬੰਦੇ ਚੀਜ਼ 'ਚ ਕੁਆਲਿਟੀ ਹੈਗੀ ਘੋੜੇ 'ਚ ਉਦੋਂ ਚੀਜ਼ ਆਉਂਦੀ ਹੈ। ਅਤੇ ਇਹ ਇਹੋ ਜਿਹੀ ਕਰੋੜ ਦਾ ਐਂ ਬਾਹ ਝੂਠ ਮਾਰ ਮਾਰ ਕੇ ਚਲੋ ਵੇਚਦੇ ਨੇ, ਠੀਕ ਹੈ, ਚਲੋ ਕੋਈ ਗੱਲ ਨਹੀਂ। ਬਾਕੀ ਜੇ ਯਾਰ 10 ਲੱਖ ਦਾ ਵੇਚੇ, 20 ਦਾ ਕਹਿੰਦੇ ਨੇ, ਉਹ ਗੱਲ ਛੱਡੋ। ਇਹ ਬੰਦੇ ਸੁਖਜਿੰਦਰ ਨੇ ਪਹਿਲੀ ਗੱਲ ਤਾਂ ਕਹਿੰਦੇ ਵੀ ਗਾਲ ਕੱਢੀ ਹੈਗੀ ਉਹਨਾਂ ਨੂੰ, ਫਲਾਣੇ ਨੂੰ ਕੱਢੀ ਹੈ ਬੰਦੇ ਨੇ, ਉਹਨੇ ਬਾਈ ਜਾਣ ਕੇ ਜਾਣ ਬੁੱਝ ਕੇ ਕੱਢੀ ਹੈ, ਉਹ ਤਾਂ ਕੱਢੀ ਹੈ ਵੀ ਯਾਰ ਵੀਡੀਓ ਜਦ ਤੋਂ ਜ਼ਿਆਦਾ ਵਾਇਰਲ ਹੋਵੇ। ਵੀਡੀਓ ਵਾਇਰਲ ਹੋਣ ਦਾ ਮਤਲਬ ਹੈ ਵੀ ਵੀਡੀਓ ਵਾਇਰਲ ਹੋ ਜੇ, ਕਿਉਂਕਿ ਵੀ ਗੈਂਗਸਟਰਾਂ ਤੱਕ ਪਹੁੰਚ ਜੇ ਗੱਲ। ਯਾਰ ਇੱਥੇ ਵੱਗ ਗਈ ਸੀਗੀ ਵੀ ਧਮਕੀਆਂ ਦਾ ਸਿਸਟਮ ਆ, ਵੀ ਪੈਸੇ ਬਹੁਤ ਕਮਾਉਂਦੇ ਨੇ ਘੋੜੇ ਵਾਲੇ। ਅਤੇ ਉਹ ਬੰਦਾ ਯਾਰ ਸੁਖਜਿੰਦਰ ਲੋਪੋ, ਉਹ ਬੰਦਾ ਮਤਲਬ ਸਿੱਧਾ ਤਾਂ ਉਹਨੇ ਕਿਹਾ ਨਹੀਂ ਗਾ, ਉਹ ਦਿਲ ਤਰ੍ਹਾਂ ਹੀ ਕਹਿਣਾ ਚਾਹੁੰਦਾ ਸੀ ਵੀ ਦਿਲ ਅੰਦਰੋਂ ਆਵਾਜ਼ ਆ ਵੀ ਮੇਰੀ ਸਮਝ ਲੈਣਾ। ਬੰਦਾ ਜਿਹੜਾ ਸਿਆਣਾ ਗਾ ਯਾਰ, ਬਾ ਸਮਝ ਲੈਂਦਾ ਵੀ ਹਾਂ ਬੰਦਾ ਕਹਿਣਾ ਕੀ ਚਾਹੁੰਦਾ। ਉਹ ਕਹਿੰਦਾ ਵੀ ਇਹ ਤਾਂ ਯਾਰ ਫੁਕਰੇ ਨੇ ਵੀ ਹਾਂ ਇੰਨੇ ਦਾ ਘੋੜਾ ਵੇਚਿਆ। ਉਹ ਤਾਂ ਕਿਹਾ ਉਹਨੇ ਬੰਦੇ ਨੇ ਵੀ ਬਾਈ ਵੀ ਲਾ ਲੈ ਤੂੰ ਗੈਂਗਸਟਰਾਂ ਦਾ, ਜਾਂ ਕਿਸੇ ਹੋਰ ਫਰੌਤੀ ਵਾਲੇ ਦਾ ਫੋਨ ਨਾ ਆਵੇ ਵੀ ਇਹ ਇੰਨਾ ਨਾ ਮਤਲਬ ਵੀ ਨਾ ਲਵੇ ਪੈਸਾ ਹੈਗਾ, ਜਾਂ ਇੰਨੇ ਇੰਨੇ ਮਹਿੰਗੇ ਜਾਨਵਰ ਵੇਚਦੇ ਨੇ, ਤਾਂ ਕਰਕੇ ਉਹ ਬੰਦੇ ਨੇ ਇਹ ਗੱਲ ਕਹੀ ਵੀ ਇਹ ਚੀਜ਼ 'ਚ ਵੀ ਮੇਰੇ ਪਰਿਵਾਰ ਦੇ ਵਿੱਚ ਉਹਨੂੰ ਘੋੜਿਆਂ ਵਾਲੀ ਇੰਡਸਟਰੀ ਦੇ ਵਿੱਚ ਵੀ ਐਸੀ ਵੈਸੀ ਕੋਈ ਗੱਲ ਨਾ ਹੋਵੇ, ਉਹ ਬੰਦੇ ਨੇ ਤਾਂ ਇਹ ਗੱਲ ਕਹੀ, ਠੀਕ ਹੈ। ਨੂੰ ਇੰਨਾ ਜਲੀਲ ਕਰਿਆ, ਅੱਗੇ ਪੈਲਸਾਂ ਬੁੱਕ ਕਰ ਲਈਆਂ ਜੀ, ਹੈਂ ਪੈਲਸਾਂ ਐਡੀ ਯਾਰ ਪੰਚਾਇਤ ਹੈ, ਪੰਚਾਇਤ ਹਰੇਕ ਪਿੰਡ 'ਚ ਪੈਂਦੀ ਹੈ, ਪੰਚਾਇਤ 'ਚ ਬਿਠਾ ਕੇ ਚੱਲ ਬੰਦੇ ਤੋਂ ਮਾਫ਼ੀ ਮੰਗਾ ਲਾਂਗੇ ਕੁਛ ਕਰਾ ਲਾਂਗੇ। ਅਤੇ ਵੀਡੀਓ ਬਣਾਈਆਂ, ਵੀਡੀਓ ਬਣਾਉਣ ਦਾ ਕੋਈ ਹੱਕ ਬਣਦਾ ਨਹੀਂ ਜੀ ਬਾਈ, ਚੱਲ ਬਣਾ ਲਈਆਂ ਫਿਰ, ਹੈਂ ਬੰਦਾ ਚੱਲ ਉਹ ਤਾਂ ਯਾਰ ਨਰਮ ਹੈਗਾ, ਉਹਨੇ ਕੀ ਕਹਿਣਾ ਸੀਗਾ, ਕੋਈ ਹੋਰ ਹੋਵੇ ਅਗਲਾ ਟੱਕਰ ਵੀ ਲੈਂਦਾ ਹੈਗਾ, ਠੀਕ ਹੈ। ਅਤੇ ਕਰਨ ਤੋਂ ਬਾਅਦ 'ਚ ਚੱਲ ਇਹਨਾਂ ਨੇ ਉਹ ਪੁਲਿਸ ਨੇ ਚੱਕਿਆ, ਠੀਕ ਹੈ। ਪੁਲਿਸ ਨੇ ਵਿੱਚ ਇਹ ਪਹਿਲਾਂ ਕਹਿੰਦੇ ਵੀ ਸੀਗੇ ਵੀ ਹਾਂ ਇਹਦਾ ਆਪਾਂ ਉਹ ਕਰਾਂਗੇ ਵੀ ਇਹਦੀ ਰਫਟ ਦੇਵਾਂਗੇ, ਚਲੋ ਯੋਗਦਾਨ ਤਾਂ ਉਹਨਾਂ ਨੇ ਵੀ ਪਾਇਆ ਹੋਊਗਾ ਇਹਨੂੰ ਪੁਲਿਸ ਨੂੰ ਚੁਕਾਉਣ ਦੇ ਵਾਸਤੇ। ਅਤੇ ਪੁਲਿਸ ਨੇ ਚੱਕਿਆ ਅਤੇ ਇਨਵੈਸਟੀਗੇਸ਼ਨ ਮਤਲਬ ਸਾਰਾ ਕਰਿਆ ਗਿਆ ਵੀ ਹਾਂ ਯਾਰ ਇਹਦੇ ਲਿੰਕ ਤਾਂ ਨਹੀਂ ਹੈਗੇ। ਹੁਣ ਤਾਂ ਬਾਈ 100 ਬੰਦਿਆਂ ਦਾ ਫੋਨ ਜਾਂਦਾ, ਹੁਣ ਚਾਹੀਦੀ ਗੈਂਗਸਟਰ ਦਾ ਵੀ ਆ ਗਿਆ ਹੋਊ, ਤਾਂ ਹੀ ਉਹ ਬੰਦਾ ਕਹਿਣਾ ਚਾਹੁੰਦਾ ਸੀਗਾ ਵੀ ਭਾਈ ਤੁਸੀਂ ਬਚੋ ਮਾੜਾ ਜਿਹਾ, ਵੀ ਯਾਰ ਵੀ ਇਹ ਤਾਂ ਫੋਕਰੇ ਨੇ ਐਂ ਨੇ ਬਾਹ ਨੇ, ਵੀ ਕਿਤੇ ਯਾਰ ਇਹੋ ਜਿਹੀ ਗੱਲ ਨਾ ਹੋ ਜੇ, ਕਿਉਂ ਬੰਦੇ ਨੇ ਉਹਨੂੰ ਪਤਾ ਲੱਗ ਗਿਆ। ਅਤੇ ਉਹਨੇ ਸਿੱਧਾ ਵੀ ਨਹੀਂ ਕਿਹਾ, ਕਿਉਂ ਸਿੱਧਾ ਕਹੂਗਾ ਤਾਂ ਉਹਨਾਂ ਨੂੰ ਪਤਾ ਲੱਗੂ ਗੈਂਗਸਟਰਾਂ ਨੂੰ ਵੀ ਹਾਂ ਯਾਰ ਵੀ ਮਤਲਬ ਵੀ ਜਾਣ ਕੇ ਇਹ ਕਹਿੰਦੇ ਨੇ ਕਿ ਵੀ ਇਹਨਾਂ ਲਈ ਹੈਗਾ ਸਾਰਾ ਕੁਛ ਹੈ। ਚਲੋ ਪੁਲਿਸ ਲੈ ਗਈ ਬਾਈ ਚੱਕ ਕੇ, ਚੱਲ ਬੰਦੇ ਲਵੇ ਉਹਦੇ ਲਵੇ ਕੁਛ ਕੋਈ ਉਹ ਤੋਂ ਉਹ ਨਹੀਂ ਹੋਇਆ ਹੈਗਾ ਵੀ ਹਾਂ ਇਹਦੇ ਫਲਾਣੇ ਨਾਲ ਲਿੰਕ ਨੇ ਜਾਂ ਹੋਰ ਦੇ ਨਾਲ ਲਿੰਕ ਨੇ, ਠੀਕ ਹੈ।
बंदा बच के सेफ यार करे आया बंदे दी यार जे पहला 50% चढ़ाई थी ना 100% चढ़ाई होगी टॉप ते वो बंदा टॉप ते वग गया सच्चा बंदा सीगा तां करके वो जीरो ते वग गए बंदे सच्चे बंदे तो माफिया मंगाउंदे सीगे। चलो देख ला ये गल बनी हैगी ये गल भाई थोड़ी ना हुंदी हैगी भी यार वो तो जिवें हुण घोड़ा इंडस्ट्री है आपदी गल उत्थे तक रखो ये भैं माफिया मंगाउण दा सब कीती जो करता भी हाँ यार भी तू माफ़ी मंगाई असी ने करिए ते चैनल वाले बंदे देख लै ये भी बंदा एक चैनल चलाउंदा है ये भी बंदा ला लै भी उन्हां दा उही कैटागरी चो आ गया चैनल वाले तो वो बंदिया ने भी नहीं सोचा है भी यार आपां इहदी माफ़ी मंगाउंदे दी वीडियो बनाउने आ कि माड़ी गल हैगी असल तां जिहड़े होए भाई चौधरी बने होए सीगे मेन गल मैं तां वीडियो बनाई हैगी उन्हां नूं भी कहना चाहता कि बंदा भी वह टॉप पर पहुँच गया जीरो हो गए भाई तुम चाहिए मे वीडियो उन्हें तक पहुँचा दियो भी जीरो जिहड़े बंदे ने माफ़ी मंगवाई थी हुण चंगे होंगे हुण नाले सालियां दे रोटी नहीं लंघदी होनी मैं गरंटी दे देना भी यार आपां चाहिया तां कीतीगा भी हाँ माफ़ी मंगवा के आपां नूं पता नहीं उन्हूं छोटा दिखा देंगे भी वह तो उदू भी वड्डा हो के उभरिया क्यों उभरिया मेन गल सच्चाई थी जे सच्चा सीगा तो उभरिया नहीं जे बंदा भाई उस झूठ हों चल इन्हें माफ़ी गल डिग पाँगा उन्हों की सोच मुताबक भी हाँ डिग पाँगा क्यों वो बंद मन च जो खोट दीगा उही गल आप जीरो हो गए कहें आप किसी नीचा दिखा दिखाने जो तो ना आप जीरो हो गया बंदा जे आप दी वैल्यू घटती होंगी जे आप किसी वो करा माड़ा करा आपदा ही होगा सब तो पहला ठीक है भाई। तो चलो भाई सुखजिंदर सिंह लोपो के वास्ते अपने जे वधिया लगियां तां लाइनां लिखियां नेगियां ते मतलब शायरी लिखेगी जे वधिया लगी चल दस्सियो कमेंट करके बंदा आपां सच्चाई ते लिखी है कहिंदा लोपो वालिया सच नाल कहिंदा लोपो वालिया सच नाल तू दुनिया दे दिल जित ले माफ़ी मंग के हंकारी बंदियां होया वड्डा उह सुट ते गैंगस्टरां नाल ने कहिंदे संबंध तेरे आ गया पुलिस दे वी तू बहम कढ के कहिंदा सच्ची गल है भाई लोपो वालिया तू दुनिया दे दिल जित ले तू सब दे दिल जित ले। ते एक होर है भाई कहिंदा भलाई दा अजकल जवाना नहीं कहिंदा भलाई दा अजकल जवाना नहीं गल सच्ची ए हो गई है तू भला सोचदा सी जिन्हां दा उन्हां ने ही माफ़ी तेथों मंगवाई है तू माफ़ी मंग के हो गया वड्डा ते उह ते बदनाम कर लई तेनू रौला तां पाया बड़ा झूठे खूंजे ला के सट्टते सारे खूंजे ला के सट्टते बस भाई खूंजे लाते बंदे ने वो नहीं हुण उठते उन्हां दा जीरो करते भाई उन्हां दा कुछ करी जाण। एक होर है कहिंदा कहिंदा लोपो वालिया माफ़ी मंगाउणियां माफ़ी मंगी जदों तू वीडियो बनाउण वालियां ने ना कोई शर्मा करियां एक मसला निबड़िया ते एक होर खड़ा हो गया सच्चा सी भाई तू तां ही तेरे नाल पंजाब खड़ा हो गया इनवेस्टिगेशन करया तेरा ते तू सच्चा साबित हो गया जदों तू पिंड आया तेरे नाल 100 बंदा आया ते सारे पिंड ने भाई खुश हो गए तेरे सरोपा पाया ते तेरे सरोपा पाया भाई नज़ारा लियाता लोपो वालिया तू सच्चा दी आ सानू तो भाई पता दी यार सानू पहलां आपां तां पहले दिनों तेरे हक च आ तेरिया गल्लां सुन के इन्ने मोटिवेट होया हुंदा बंदा ना मरिया बंदा उठ कढ़दा भाई इहदा एक एक शब्द इहदा लख रुपये दा एक एक शब्द लख लख रुपये दा शब्द है बंदे दा इन्नियां डूंघियां गल्लां करदा इहदे वर्गियां मैं कोई गल्लां ही नहीं कर सकदे सारी उम्र च जिहड़े इहनूं माड़ा कहिंदे सीगे हैं बंदा डूंघी गल करदा उही गल इहने बंदे ने डूंघी गल करी ती गाल दे के जाण के करी यार भी ऐं करके भी गल सारे किते पहुँच जे तां ही उह गल इन्नी वायरल होई तां करके बंदे ने गाल कढ़ी यार चलो ठीक है अके गाल कढ़ी गालां तुसीं भाई सौ नूं कढ़दे होवोंगे हैं मेन गल भाई घोड़ा इन्ने का नहीं हैगा इन्ने का नहीं है उन्हें बंदे ने सही दस्या भी इन्ने का हुंदा है ते इन्हां दा व्यापार बंद हुंदा है इन्हां दा व्यापार घटदा है उन्हूं लत्त वजदी है क्यों जदों नवां बंदा लैंदा है ते मैं तैनूं दसदा एक गल बंदे ने मैनूं सही ने दसी यार मैनूं कहिंदा 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 भी जे घोड़ी मैं घोड़ी लैण नूं कहिंदा सीगा ते मामा सीगा मेरा ते भी ये घोड़ी आपां महा लै लैणे भी रेट नाल मिलदी है महा अद्धा तो रेट आ गया जिन्ना उन्हें रेट कहा कहिंदा महा अद्धा तो आ गया कहिंदा पुत्तर ऐ नहीं हुंदा हैगा कहिंदा हुण तेरे हिसाब नाल किहे घोड़ी तो होवे लख रुपये की वह 15 लख मंग खड़ना अणजाण बंदा है ठीक है
मंगते मंगते चल अद ते आ गए। अगला बंदा की सोचूगा भी यार 15 लख मंगते थे ये तो 8 लख ते आ गए भी हुण तां लै लईए भी तां अद च ही मिलती है घोड़ी तां, पर घोड़ी हुंदी 1 लख रुपये की ऐ इना इना करके ये आ झूठ तबान बोलते हैं भरावा। तैनूं मैं सही गल दसदांगा हैं ठीक है। चलो भाई आपां भी वीडियो पाया करांगे कोई चक्कर नहीं यार, आपां होर आपां कोई चक्कर नहीं यार, आपां नूं जिवें हुण ला लै जिहड़े पंजाब वास्ते कोई भी यार सच्चा बंदा आपां हरेक दी भाना सिद्धू हो गया ठीक है, लखा सधाणा हो गया, इन्हां दा मतलब भी इन्हां दा बहुत चंगे लगते हैं यार आपां नूं बंदा जिहड़ा पंजाब वास्ते बोलदा है कोई भी है ठीक है। चलो भाई ओके आपां चले घर नूं ठीक है, बाकी आपां नूं बहुत खुशी है कि बंदा लोपों वाला आ गया ठीक है, नज़ारा लिया तां रब ने ठीक है, बंदा सच्चा दीगा तां आया, नहीं जे झूठा हुंदा फाजां दा सच्चा दीगा तां आ गया ठीक है।